ਮੇਰਾ ਸਿਰ ਪਾਟਣ ਡਿਆ। ਬਿੱਲੀ ਮੇਰਾ ਸਿਰ ਪਾਟਣ ਡਿਆ, ਮੈਨੂੰ ਦਵਾਈ ਦੇ ਦਿਓ ਕੋਈ। ਬਿੱਲੀ ਮੈਨੂੰ ਦਵਾਈ ਦੇ ਜਾ ਕੋਈ। ਬਿੱਲੀ ਇਹਨੂੰ ਦਵਾਈ ਦੇ ਯਾਰ, ਇਹਦਾ ਮੂੰਹ ਬੰਦ ਹੋਵੇ। ਅੱਜ ਪਤਾ ਲੱਗੂ ਇੱਥੇ ਕੀ ਚੱਲ ਰਿਹਾ। ਕੀ ਚੱਲ ਰਿਹਾ ਜੀ? ਕੁਛ ਨਹੀਂ ਚੱਲ ਰਿਹਾ, ਹਟ। ਬਲੀ ਨਾਨਾ ਜੀ ਤੇ ਡੈਡ ਆਏ। ਸਬਰੀਨ ਦੱਸਦੀ ਸੀ ਤੇਰੀ ਤਬੀਅਤ ਖਰਾਬ ਹੈ। ਮੈਂ ਤਾਂ ਠੀਕ ਹਾਂ ਜੀ, ਬੱਲੀ ਬਿਮਾਰ ਸੀ। ਅੱਛਾ, ਆ ਵੇਖੋ ਤੁਰਿਆ ਨਹੀਂ ਜਾ ਰਿਹਾ। ਅੱਛਾ, ਦਾਦਾ ਜੀ ਆਇਆ, ਸ਼ੁਕਰ ਆ ਤੇਰਾ ਪਿਓ ਨਹੀਂ ਆਇਆ। ਸ਼ੁੱਕਰਵਾਰ ਨੂੰ ਆਏ ਨੀ ਤੁਸੀਂ, ਬਹੁਤ ਮਿਸ ਕਰ ਰਿਹਾ ਸੀ ਤੁਹਾਨੂੰ। ਸਤਿ ਸ਼੍ਰੀ ਅਕਾਲ। ਬਲੀ ਜੀ, ਸ਼ਰਾਬ 90% ਪਵਾੜੇ ਦੀ ਜੜ ਆ। ਜ਼ਿਆਦਾਤਰ ਤਲਾਕ, ਲੜਾਈ, ਝਗੜੇ ਸ਼ਰਾਬ ਕਰਕੇ ਹੁੰਦੇ ਆ। ਬਹੁਤ ਮਾੜੀ ਚੀਜ਼ ਆ, ਨਹੀਂ ਪੀਣੀ ਚਾਹੀਦੀ। ਠੀਕ ਹੈ ਜੀ, ਅੱਗੇ ਤੋਂ ਨਹੀਂ ਪੀਂਦੇ। ਹੈ ਕਮਲਾ, ਜੇ ਇਸ ਉਮਰੇ ਨਹੀਂ ਪੀਓਗੇ, ਪੀ ਕੇ ਲੜਾਈ ਝਗੜਾ ਨਹੀਂ ਕਰੋਗੇ ਤੇ ਕਦੋਂ ਕਰੋਗੇ? ਹੈ ਬਲੀ, ਹੀਟ ਕਰੀ ਯਾਰ ਠੰਡ। ਹਾਂ ਠੰਡ, ਮੈਂ ਹੀਟ ਔਨ ਕਰਕੇ ਆਇਆ। ਬਲੀ ਹਾਂਜੀ, ਬੈਠ। ਹੀਟ ਔਨ ਕਰਨ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਸਬਰੀਨ ਦੇ ਫਾਦਰ ਦੇ ਨਾਲ ਮੇਰੀ 25 ਸਾਲ ਪੁਰਾਣੀ ਯਾਰੀ ਹੈ। ਦੇਖਿਓ ਕਿਤੇ ਇਸ ਉਮਰੇ ਤੁੜਵਾ ਨਾ ਦਿਓ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਪਤਾ ਲੱਗੇ ਕਿ ਹੈਰੀ ਵਿਆਹ ਲਈ ਇੰਟਰਸਟਡ ਨਹੀਂ ਹੈ। ਅੱਜ ਅਸੀਂ ਸਬਰੀਨ ਦੇ ਡੈਡੀ ਨੂੰ ਮਿਲਣਾ ਹੈ। ਇੱਕ ਵਾਰ ਇੰਗੇਜਮੈਂਟ ਕਰਵਾ ਲਓ, ਫਿਰ ਦੇਖਦੇ ਹਾਂ ਵਿਆਹ ਕਦੋਂ ਕਰਵਾਉਣਾ ਹੈ। ਹਾਂ, ਮੈਂ ਕਿਹਾ ਇਹਨੂੰ, ਸਮਝਦਾ ਨਹੀਂ ਜੀ ਇਹ। ਠੰਡ ਬਹੁਤ ਹੈ ਜੀ, ਮੈਂ ਜੈਕਟ ਪਾ ਕੇ ਆਇਆ ਇੱਕ ਵਾਰ। ਤੈਨੂੰ ਠੰਡ ਬਹੁਤ ਲੱਗਦੀ ਹੈ, ਨਾਲੇ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਆਹ ਅਪਾਰਟਮੈਂਟ ਛੱਡ ਦਿਓ, ਚੱਲ ਕੇ ਆਪਣੇ ਘਰ 'ਚ ਰਹੋ। ਹਾਏ ਬਿੱਲੀ, ਮੇਰਾ ਸਿਰ, ਮੈਨੂੰ ਲੱਸੀ ਦਾ ਗਲਾਸ ਦੇ ਦੇ ਇੱਕ ਠੰਡਾ, ਮੇਰਾ ਇੰਨਾ ਸਿਰ ਤਪਣ ਡਿਆ ਵਾ, ਸਭ ਕੁਛ ਗੋਲ ਗੋਲ ਘੁੰਮਣ ਡਿਆ ਨੈਣਾ। ਮੈਂ ਤੈਨੂੰ ਕਿਹਾ ਸੀ ਮੈਨੂੰ ਨਹੀਂ ਪਚਦੀ, ਨਹੀਂ ਪਚਦੀ। ਹਾਏ ਰੱਬ, ਉਲਟੀ ਜਿਹੀ ਹੋ ਰਹੀ ਆ। ਹਾਏ, ਸਾਰਾ ਕੁਛ ਘੁੰਮਣ ਡਿਆ, ਬੱਲੀ ਛੇਤੀ ਲਿਆ ਦੇ। ਅੱਛਾ, ਬਰਫ਼ ਦੀ ਸਿਲੀ ਅੰਦਰ ਪਈ ਸੀ, ਠੰਡ ਤਾਂ ਲੱਗਣੀ ਸੀ। ਹੈਰੀ ਪੁੱਤਰ, 2 ਬੇੜੀਆਂ 'ਚ ਪੈਰ ਰੱਖਣ ਵਾਲਾ ਹਮੇਸ਼ਾ ਡੁੱਬਦਾ। ਕੁੜੀਆਂ ਪਿੱਛੇ ਭੱਜੋਗੇ ਨਾ ਤੇ ਕਾਮਯਾਬੀ ਤੋਂ ਹੱਥੋਂ ਦੂਰ ਭੱਜੂਗੀ। ਹਾਂਜੀ, ਸੋਰੀ ਜੀ, ਅੱਗੇ ਤੋਂ ਨਹੀਂ ਕਰਦੇ। ਹੈ ਕਮਲਾ, ਜੇ ਇਸ ਉਮਰੇ ਗਲਤੀ ਨਹੀਂ ਕਰੋਗੇ ਤੇ ਫਿਰ ਕਦੋਂ ਕਰੋਗੇ? ਸਾਡੀ ਉਮਰ 'ਚ ਓਏ, ਕਾਮਯਾਬੀ ਤਾਂ ਮਿਲੀ ਜਾਣੀ ਆ। ਇੰਜੋਏ। ਕੀ ਗੱਲ ਕਰ ਰਹੇ ਹੋ ਡੈਡ? ਓਏ ਮੁੰਡਿਓ, ਕੌਣ ਹੈ ਕੁੜੀ? ਉਹ ਬੋਲਦੇ ਕਿਉਂ ਨਹੀਂ ਦੱਸੋ? ਉਹ ਮੈਂ ਪੁੱਛਦਾ ਤੇਰੀ ਗਰਲਫ੍ਰੈਂਡ। ਚਲੋ ਫੈਸਲਾ ਬਾਅਦ 'ਚ ਕਰ ਲਿਓ, ਪਰ ਮੇਰਾ ਜੋ ਵੀ ਬੁਆਏਫ੍ਰੈਂਡ ਆ, ਭੱਜ ਕੇ ਮੈਨੂੰ ਫ੍ਰਿਜ 'ਚੋਂ ਲੱਸੀ ਲਿਆ ਦਿਓ, ਮੇਰਾ ਦਿਲ ਕਾਲਾ ਪੈਣ ਡਿਆ। ਲਾਡੋ, ਆਹ ਮੇਰੇ ਨਾਨਾ ਜੀ ਹੈ, ਆਹ ਮੇਰੇ ਡੈਡ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਚੰਗਾ, ਫਿਰ ਮੈਨੂੰ ਲੱਸੀ ਉੱਤੇ ਹੀ ਫੜਾ ਦਿਓ। ਲੱਸੀ ਪਿਲਾ ਦੇ ਇਹਨੂੰ। ਰਜਿੰਦਰ, ਮੇਰਾ ਖਿਆਲ ਆਪਾਂ ਨੂੰ ਚੱਲਣਾ ਚਾਹੀਦਾ। ਚੰਗਾ, ਗੱਲ ਸੁਣ ਲੈ ਬੱਲੀ, ਅੱਜ ਤੋਂ ਬਾਅਦ ਇਹ ਕੁੜੀ ਇੱਥੇ ਨਜ਼ਰ ਨਹੀਂ ਆਉਣੀ ਚਾਹੀਦੀ, ਸਮਝੇ? ਆਓ ਡੈਡ। ਚਲੋ, ਲੱਸੀ ਦਾ ਵੇਖ ਲਓ ਜਰਾ। ਕਰ ਪਰਮਾਤਮਾ ਇਹ ਟਾਈਮ ਲੈ ਕੇ ਆਇਆ। ਇਹ ਬਹੁਤ ਅੱਛਾ ਹੋਇਆ ਜੀ, ਅੱਜ ਆਪਣੀ ਦੋਸਤੀ ਵੀ ਰਿਸ਼ਤੇਦਾਰੀ ਵਿੱਚ ਬਦਲਣ ਜਾ ਰਹੀ ਹੈ। ਅੱਜ ਤੋਂ ਆਪਾਂ ਕੁੜਮ ਹੋ ਗਏ ਕਿ? ਸਹੀ ਗੱਲ। ਹਰੀ,
सबरीन वर्गी कुड़ी मुड़ मुड़ जिंदगी च नहीं आती, उहदे नूं बहुत प्यार करती आ। तुहाडी सारी उम्र हसदिआं खेडदिआं लंघ जू। मैं गल ठीक कीती आ ना? हाँ जी ठीक है। की कट्टा ठीक कीती आ? साईआं किते ते वधाईआं किते? तेरी शक्ल ते लिखिआ कि तेरी साई किते हो रहा। हैरी बेटा, डैड मैं सारी उम्र उम्मीद किया जिवें तुसी कहे, मेरी बस एक गल मान लो, मैनू व्याह लाडो नगरा लैन दो। ओ पुत्र, तेनू मेरी गल समझ क्यों नहीं आउंदी कि लाडो? तेनू मेरी गल क्यों नहीं समझ आउंदी? मैं उत्थे व्याह करवाना चाहुंना जिथे मैं खुश रवां। थोड़े कहन ते जे मैं सबरीन नाल व्याह करा भी लवां, मैं सारी उम्र पछताऊंगा क्योंकि खुशी मेरी लाडो नाल आ। उन्हें मैनू हसना सिखाया। डैड मेरे नाल लाडो उदों खड़ी सी जदों मैनू सब तो ज्यादा थोड़ी लोड़ सी। हैरी पुत्र, तू मैनू अपने आप तो इन्ना दूर ना कर। असी तो हमेशा तो दूर सी डैड, दूरी थोनू महसूस होन हो रही है बस। आई रियली विश तुसी मैनू उन्ना ही समझ पाओ जिन्ना लाडो समझती है। देख हैरी पुत्र, एक बार, सिर्फ एक बार अंदर बह के मेरी गल ध्यान नाल सुन। एक मिनट राजेंद्र, कोई गल नहीं हैरी पुत्र, तेरी खुशी विच ही साडी खुशी है। तू डेट फिक्स करके सानू दस दी, असीं पहुंच जांगे। राजेंद्र, कुछ गल्लां समझाइयां ने जांदियां, वक्त दे नाल इहदी पीढ़ी इहनूं समझाऊगी।